वाहिगुरु जी का खालसा, वाहिगुरु जी की फतेह। दो चार गल्लां करनियां सी, मेरे खिलाफ बड़ा प्रचार हो रहा, मेरे खिलाफ सारी साडा जिहड़ा संघर्षी लोग भी आ ते साडा आवाम आ उह इह प्रचार कर रहा भी देखो दीप ने यह अंदोलन खराब करता, दीप ने लोगों नूं भड़काया। पहली गल तां आपां कल रात तो जिहड़ियां घटनावां वापर रही सी, कल रात तो सीकुएंस ऑफ इवेंट जो हो रहे सी मोर्चे च उहनूं समझदे आ। पहला साढ़े पंधेर साहब ते पन्नू साहब ने यह गल मोर्चे की स्टेज तो आखी भी असी पुलिस वाले दिते हुए रूट तो आपदा मार्च नहीं कढ़ांगे, रोस मार्च नहीं कढ़ांगे, असी दिल्ली के अंदर जावांगे। हुण उदू बाद संयुक्त किसान मोर्चे च एक आम सहमति हुई, आगुआ च आपसी सहमति यह हुई भी उन्होंने आपदा जो रूट पहला तय किया सी भी रिंग रोड ते जाना उन्हों चेंज करके पुलिस वालों दिते हुए रूट ते सहमति जताई। उस वेले भी तुसी मेरे सारे वीडियो देख लो, उहदे च इह गल कही गई है भी एक सांझा फैसला लै लो क्योंकि संगत दा जिहड़ा राव आ, संगत च जिहड़ा इस टाइम संगत दा फैसला कुछ होर आ, संगत दे जज्बात आ जिहड़े कुछ होर आ, पर जो साडे आगू साहिबान तय करी पए आ उह कुछ होर आ। सो इस करके कल रात नूं संयुक्त किसान मोर्चे की स्टेज तो उत्थे नौजवानों ने बहुत ज़्यादा आपदे जोश नाल ते ये कह लो नाल होश नाल भी आपदा रोस प्रगट किया भी असी दिल्ली दे अंदर जाना ते असी जो प्रोग्राम तुसी जिहड़े रूट दा दे रहे हो, जो सरकार ने दिता या पुलिस ने दिता, उत्थे रोस मार्च नहीं करना। ये गल जदों असी स्टेज तो वह मौका भी संभालिया तो किसान आगुआ नाल शेयर की भी आप बैठ के एक सांझा फैसला लईए, तो इस गल नूं इग्नोर किया गया। पब्लिक सेंटीमेंट नूं या लोगों के जेन्यून सेंटीमेंट नूं इग्नोर किया गया, तो यह गल कही गई जो असी कहांगे असी उही करांगे हुण। सो और संगत नूं भी उही करना पऊगा। इदू बाद अगली गल जदों ये हुई भी सवेरे पंधेर साहब ते पन्नू साहब अगे लगे, उन्होंने ट्रैक्टर ते उन्होंने जथेबंदी अगे सी, ते फिर संगत ने आप मुहारे हुण दीप सिद्धू कहिंदे लोकां नूं भड़का गया। तुसीं एक गल सोचो भी लखां लोक कला दीप सिद्धू भड़का गया, दीप सिद्धू उस वैन च जिहड़ा आप मुहारे संगत चारे पास्यों लाल किले वल नूं सिद्धी हो गई, ਤਾਂ ਦੀਪ ਸਿੱਧੂ ਵੀ ਉਹਨਾਂ 'ਚ ਇੱਕ ਸੀ। ਹੁਣ ਲੱਖਾਂ ਲੋਕ ਤੁਸੀਂ ਇਹ ਵੀ ਦੇਖ ਲਓ ਵੀ ਜਿਹੜਾ ਜਥੇਬੰਦੀਆਂ ਨੇ ਰੂਟ ਦਿੱਤਾ ਸੀ ਉਸ ਰੂਟ 'ਤੇ ਕਿੰਨੇ ਕੁ ਸਾਡੀ ਸੰਗਤ ਗਈ, ਅਤੇ ਜਿਹੜਾ ਰੂਟ ਆਪ ਮਹਾਰੇ ਹੋ ਕੇ ਸੰਗਤ ਨੇ ਬਣਾ ਲਿਆ ਉਸ ਰੂਟ 'ਤੇ ਕਿੰਨੀ ਕੁ ਸੰਗਤ ਗਈ, ਇਹਨੂੰ ਮਾੜਾ ਜਿਹਾ ਦੇਖ ਲਓ। ਅਤੇ ਚਾਰ ਮੋਰਚੇ ਤੋੜ ਕੇ ਚਾਰ ਥਾਵਾਂ ਤੋਂ ਬੈਰੀਕੇਟਿੰਗ ਤੋੜ ਕੇ ਸੰਗਤ ਲਾਲ ਕਿਲੇ 'ਚ ਦਾਖਲ ਹੋਈ, ਲਾਲ ਕਿਲੇ 'ਚ ਪਹੁੰਚੀ। ਉੱਥੇ ਮੈਂ ਤਾਂ ਕੀ, ਉੱਥੇ ਜੋ ਜੋ ਸਾਡੀਆਂ ਰੂਹਾਂ ਸੀਗੀਆਂ ਉਹਨਾਂ 'ਚ ਜੋ ਇੱਕ ਵਹਿਣ ਸੀ ਉਹ ਸਾਰੇ ਉਸ ਵਹਿਣ 'ਚ ਬਹਿ ਗਏ, ਅਤੇ ਅਸੀਂ ਕੋਈ ਵੀ ਪੋਸਟ ਤੋਂ ਝੰਡਾ ਨਹੀਂ ਲਾਇਆ। ਆਪਦਾ ਝੰਡਾ ਜਾ ਕੇ ਨਿਸ਼ਾਨ ਸਾਹਿਬ ਅਤੇ ਕਿਸਾਨ ਮਜ਼ਦੂਰ ਏਕਤਾ ਦਾ ਜਿਹੜਾ ਝੰਡਾ ਉੱਥੇ ਜਾ ਕੇ ਚੜ੍ਹਾਇਆ। ਸੋ ਅਸੀਂ ਹਮੇਸ਼ਾ ਹੀ ਜਿਹੜੇ ਐਡੇ ਵੱਡੇ ਸੰਘਰਸ਼ਾਂ ਦੇ ਵਹਿਣ ਹੁੰਦੇ ਆ ਨਾ, ਉਹਨੂੰ ਅਸੀਂ ਕਿਸੇ ਪਰਟੀਕੁਲਰ ਜਾਂ ਕਿਸੇ ਖਾਸ ਵਿਅਕਤੀਆਂ ਨਾਲ ਜੋੜ ਕੇ ਦੇਖਣ ਲੱਗ ਜਾਂਦੇ ਹਾਂ, ਇੱਥੇ ਹੀ ਗਲਤੀ ਕਰ ਜਾਂਦੇ ਹਾਂ। ਇਹ ਫਿਰ ਸਾਰੇ ਪੰਜ ਦਸ ਲੋਕ, ਲੱਖ ਲੋਕ, ਪੰਜ ਤੋਂ ਦਸ ਲੱਖ ਲੋਕ, ਹੋ ਸਕਦਾ ਗਿਣਤੀ ਇੱਦੂ ਵੀ ਵੱਡੀ ਹੋਵੇ, ਉਹ ਸਾਰੇ ਹੀ ਕਲਪਰੇਟ ਹੋ ਗਏ, ਉਹ ਸਾਰੇ ਹੀ ਵਿਲਨ ਹੋ ਗਏ ਕਿ ਇਕੱਲਾ ਦੀਪ ਸਿੱਧੂ ਵਿਲਨ ਹੋ ਗਿਆ। ਤੁਸੀਂ ਇਹੀ ਪਹਿਲਾਂ ਇਤਿਹਾਸ 'ਚ ਅਸੀਂ ਗਲਤੀਆਂ ਕੀਤੀਆਂ, ਅਸੀਂ ਸੰਘਰਸ਼ਾਂ ਦੇ ਵਹਿਣ ਨੂੰ ਕਿਸੇ ਖਾਸ ਸ਼ਖਸੀਅਤ ਦੇ ਨਾਲ ਜੋੜ ਕੇ ਦੇਖਣ ਲੱਗ ਜਾਂਦੇ ਹਾਂ ਅਤੇ ਇੱਕ ਬੰਦੇ ਨੂੰ ਵਿਲਨ ਬਣਾ ਦਿੰਦੇ ਹਾਂ। ਨਹੀਂ, ਉੱਥੇ ਸਾਰੀ ਸੰਗਤ ਦਾ ਜਿਹੜਾ ਰੌਂ ਸੀ, ਸੰਗਤ ਦਾ ਫੈਸਲਾ ਸੀ, ਉਹ ਦਿੱਲੀ ਜਾਣ ਦਾ ਸੀ, ਦਿੱਲੀ ਐਂਟਰ ਹੋਣ ਦਾ ਸੀ। ਜਦੋਂ ਅਸੀਂ ਦਿੱਲੀ ਐਂਟਰ ਹੋਏ ਉਦੋਂ ਬਾਅਦ ਫਿਰ ਜਿਉਂ ਜਿਉਂ ਰਸਤਾ ਬਣਦਾ ਗਿਆ ਤਿਉਂ ਤਿਉਂ ਉੱਧਰ ਨੂੰ ਵੱਧਦੇ ਗਏ। ਜਦੋਂ ਮੈਂ ਲਾਲ ਕਿਲੇ ਪਹੁੰਚਿਆ ਮੇਰੇ ਖਿਆਲ 'ਚ ਉੱਥੇ ਘੱਟੋ ਘੱਟ ਲੱਖ ਬੰਦੇ ਤੋਂ ਵੱਧ ਇਕੱਠ ਆਲਰੇਡੀ ਸੀਗਾ। ਸੋ ਮੇਰੇ ਕਿਸੇ ਵੀਡੀਓ 'ਚ ਜਾਂ ਕਿਸੇ ਹੋਰ ਵੀਡੀਓ 'ਚ ਵੀ ਇਹ ਦਿਖਾ ਦਿਓ ਵੀ ਦੀਪ ਸਿੱਧੂ ਸਾਰਿਆਂ ਨੂੰ ਅੱਗੇ ਲੱਗ ਕੇ ਲਾਲ ਕਿਲਾ ਲੈ ਗਿਆ ਹੋਵੇ। ਮੈਂ ਚਲੋ ਸਾਡੇ ਲੋਕ ਤਾਂ ਭੋਲੇ ਆ,
ਉਹਨਾਂ ਨੂੰ ਜੋ ਤੁਸੀਂ ਗੱਲ ਕਹੋਗੇ ਕਈ ਵਾਰੀ ਮੰਨ ਲੈਂਦੇ ਆ ਪਰ ਜਿਹੜੇ ਸਾਡੇ ਇੰਟੈਲੈਕਚੁਅਲਸ ਵੀ ਆ ਜਿਹੜੇ ਗੱਲਾਂ ਨੂੰ ਸਮਝਦੇ ਆ ਉਹ ਵੀ ਇਹ ਗੱਲਾਂ ਕਰੀ ਜਾਂਦੇ ਆ ਤਾਂ ਇਸ ਗੱਲ ਦਾ ਤਾਂ ਅਫਸੋਸ ਹੀ ਕੀਤਾ ਜਾ ਸਕਦਾ। ਮੈਂ ਮੋਰਚੇ ਤੋਂ ਜਾਂ ਸਾਡੇ ਕਿਸਾਨਾਂ ਦੇ ਜਿਹੜੇ ਸਾਡੇ ਹਿੱਤ ਆ ਉਹ ਤੋਂ ਵੱਡਾ ਨਹੀਂ ਆ। ਆਪਾਂ ਇੱਥੇ ਭੜਕਾਉਣ ਨਹੀਂ ਆਏ। ਹਮੇਸ਼ਾ ਜਦੋਂ ਜਦੋਂ ਇਤਿਹਾਸ 'ਚ ਕੋਈ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਉਸ ਵੇਲੇ ਇੱਕੋ ਹੀ ਗੱਲ ਕਹੀ ਜਾਂਦੀ ਆ ਫਲਾਨੇ ਬੰਦੇ ਨੇ ਭੜਕਾਤਾ। ਨਹੀਂ, ਉਹ ਇੱਕ ਵਹਿਣ ਹੁੰਦਾ, ਉਸ ਵਹਿਣ 'ਚ ਹਰ ਕੋਈ ਵਹਿ ਜਾਂਦਾ, ਜਿਵੇਂ ਮੈਂ ਵਹਿ ਗਿਆ, ਜਿਵੇਂ ਬਾਕੀ ਸਾਡੇ 5 ਲੱਖ 10 ਲੱਖ ਲੋਕ ਵਹਿ ਗਏ। ਇੱਕ ਵਹਿਣ ਸੀ ਉਹ ਸੋਰ, ਉੱਥੇ ਕੋਈ ਵੀ ਹੁੰਦਾ ਉਹੀ ਕਰਦਾ ਜੋ ਅਸੀਂ ਕਰਨ ਗਏ ਸੀ। ਅਤੇ ਅਸੀਂ ਕਿਸੇ ਜਗ੍ਹਾ ਜਾ ਕੇ ਆਪਦੀ ਆਵਾਜ਼ ਬੁਲੰਦ ਕਰਾਂਗੇ, ਸਿੰਬੋਲਿਕਲੀ ਨਿਸ਼ਾਨ ਸਾਹਿਬ ਅਤੇ ਕਿਸਾਨੀ ਦਾ ਝੰਡਾ ਲਾਵਾਂਗੇ। ਔਰ ਤਿਰੰਗਾ ਤਾਂ ਪਿੱਛੇ ਝੂਲ ਰਿਹਾ, ਇੱਥੇ ਸਾਡੇ ਪੰਥ ਮਹਾਰਾਜ ਦੇ ਨਿਸ਼ਾਨ ਝੂਲ ਰਹੇ ਆ, ਕਿਉਂਕਿ ਸਾਡੇ ਮੋਰਚੇ 'ਚ ਦੇਖ ਲਓ ਤੁਸੀਂ ਨਿਸ਼ਾਨ ਸਾਹਿਬ ਅਤੇ ਕਿਸਾਨੀ ਦੇ ਝੰਡੇ ਹੀ ਆ ਨਾ, ਹੋਰ ਤਾਂ ਸਾਡੇ ਕੋਲ ਕੁਛ ਨਹੀਂ ਆ। ਸੋ ਆਪਾਂ ਕੋਈ ਹਿੰਸਾ ਨਹੀਂ ਕੀਤੀ, ਕਿਸੇ ਨੂੰ ਨਹੀਂ ਭੜਕਾਇਆ, ਅਸੀਂ ਕਿਹੜਾ ਕਿਸੇ ਨੂੰ ਮਾਰਨ ਗਏ ਸੀ। ਸਾਡੇ ਖਾਲੀ ਹੱਥ ਸੀ, ਹੱਥਾਂ 'ਚ ਝੰਡੇ ਸੀ ਅਤੇ ਟਰੈਕਟਰਾਂ 'ਤੇ ਕਾਰਾਂ 'ਤੇ ਅਸੀਂ ਗਏ ਹਾਂ। ਹੁਣ ਤੁਸੀਂ ਦੇਖੋ ਇਹਨੂੰ ਹਿੰਸਕ ਕਹੋਗੇ, ਮੈਂ ਕਿੱਦੇ ਦਾ ਇੱਕ ਗੱਲ ਕਹੀ ਜਾਂਦਾ। ਹਾਂਜੀ, ਬਾਕੀ ਅਸੀਂ ਜਾਬਤੇ 'ਚ ਰਹੇ ਹਾਂ, ਕਿਸੇ ਨੂੰ ਕਿਸੇ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਨਹੀਂ ਪਹੁੰਚਾਇਆ। ਜੇ ਸਾਡੇ 'ਤੇ ਅੱਗੋਂ ਉਹਨਾਂ ਨੇ ਕੋਈ ਲਾਠੀਚਾਰਜ ਕੀਤਾ ਜਾਂ ਹਮਲਾ ਕੀਤਾ ਉਹਦਾ ਮਾੜਾ ਮੋਟਾ ਕਿਸੇ ਨੇ ਜਵਾਬ ਦਿੱਤਾ, ਪਰ ਕੋਈ ਪਬਲਿਕ ਪ੍ਰੋਪਰਟੀ ਨੂੰ ਕਿਸੇ ਪੁਲਿਸ ਫੋਰਸ ਨੂੰ ਅਸੀਂ ਨੁਕਸਾਨ ਨਹੀਂ ਪਹੁੰਚਾਇਆ। ਕਿਤੇ ਹੋਰ ਛੋਟੀ ਮੋਟੀ ਘਟਨਾ ਕੋਈ ਹੋ ਗਈ ਹੋਵੇ, ਆਪਸੀ ਬਹਿਸਬਾਜ਼ੀ ਹੋ ਗਈ ਹੋਵੇ, ਉਹਦੇ ਲਈ ਵੀ ਅਸੀਂ ਇਹ ਕਹਿੰਦੇ ਹਾਂ ਵੀ ਐਡੇ ਵੱਡੇ ਅੰਦੋਲਨ 'ਚ ਕਈ ਵਾਰੀ ਆਪਸੀ ਇਹ ਗੱਲ ਵਾਪਰ ਜਾਂਦੀ ਆ। ਪਰ ਓਵਰਆਲ ਤੁਸੀਂ ਦੇਖ ਲਓ, ਕੋਈ ਕਿਸੇ ਲੁੱਟ ਕਸੁੱਟ 'ਚ ਨਹੀਂ ਪਏ, ਕਿਸੇ ਪ੍ਰੋਪਰਟੀ ਨੂੰ ਕਿਸੇ ਵਿਅਕਤੀ ਨੂੰ ਨੁਕਸਾਨ ਨਹੀਂ ਪਹੁੰਚਾਇਆ। ਉੱਥੇ ਜਾ ਕੇ ਅਸੀਂ ਸਿੰਬੋਲਿਕਲੀ ਇੱਕ ਜਿਹੜੇ ਸਿੰਬੋਲਿਕਲੀ ਇੱਕ ਆਪਦਾ ਰੋਸ ਦਰਜ ਕੀਤਾ, ਇੰਨੀ ਕੁ ਗੱਲ ਸੀ। ਇੱਥੇ ਕੋਈ ਭੜਕਾ ਕੇ ਨਹੀਂ ਲੈ ਕੇ ਗਿਆ, ਇਕੱਲਾ ਦੀਪ ਸਿੱਧੂ ਨਹੀਂ ਸੀ, ਉੱਥੇ ਲੱਖਾਂ ਲੋਕ ਸੀ। ਤੁਸੀਂ ਜੇ ਸੰਘਰਸ਼ਾਂ ਨੂੰ ਇੰਨੀ ਤੰਗ ਨਜ਼ਰੀ ਨਾਲ ਦੇਖਣ ਲੱਗ ਜਾਓਗੇ ਵੀ ਦੀਪ ਸਿੱਧੂ ਭੜਕਾ ਕੇ ਲੈ ਗਿਆ, ਤਾਂ ਮੈਨੂੰ ਲੱਗਦਾ ਫਿਰ ਇਹ ਸਾਡੇ ਲਈ ਕੋਈ ਬਾਹਲੀ ਵਧੀਆ ਗੱਲ ਨਹੀਂ ਆ। ਫਿਰ ਤਾਂ ਇਤਿਹਾਸ ਤੋਂ ਅਸੀਂ ਕੁਛ ਵੀ ਨਹੀਂ ਸਿੱਖਿਆ, ਅੱਜ ਤੱਕ ਇਤਿਹਾਸ ਤੋਂ ਕੁਛ ਵੀ ਨਹੀਂ ਸਿੱਖਿਆ। ਸੋ ਮੈਂ ਬੇਨਤੀ ਕਰਦਾ ਸਾਡੇ ਜਿਹੜੇ ਸਾਰੇ ਸੰਘਰਸ਼ੀ ਬੰਦੇ ਆ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਹੁਣ ਖਾਸ ਕਰਕੇ, ਵੀ ਤੁਸੀਂ ਬੜਾ ਕੁਛ ਮੇਰੇ ਖਿਲਾਫ ਬੋਲ ਰਹੇ ਹੋ, ਤੁਸੀਂ ਬੜਾ ਕੁਛ ਇਹ ਪ੍ਰਚਾਰ ਕਰ ਰਹੇ ਹੋ ਵੀ ਦੀਪ ਸਿੱਧੂ ਗਦਾਰ ਆ, ਦੀਪ ਸਿੱਧੂ ਬੀਜੇਪੀ ਦਾ ਬੰਦਾ, ਦੀਪ ਸਿੱਧੂ ਆਰਐਸਐਸ ਦਾ ਬੰਦਾ। ਇੱਕ ਗੱਲ ਸੋਚੋ, ਤੁਸੀਂ ਸੰਗਤ ਦੇ ਜਿਹੜੇ ਸੈਂਟੀਮੈਂਟ ਸੀ ਨਹੀਂ ਅੱਜ ਤੱਕ ਸਮਝੇ, ਅਤੇ ਤੁਸੀਂ ਵੀ ਉਹੀ ਗੱਲ ਕਰ ਰਹੇ ਹੋ ਜੋ ਸਰਕਾਰ ਗੱਲ ਕਰਦੀ ਆ, ਵੀ ਇਹ ਸ਼ਰਾਰਤੀ ਅੰਸਰ ਆ, ਇਹਨਾਂ ਲੋਕਾਂ ਨੂੰ ਸ਼ਰਾਰਤੀ ਅੰਸਰ ਕਹਿ ਦੇਣਾ, ਇਹਨਾਂ ਨੂੰ ਅੱਤਵਾਦੀ ਕਹਿ ਦੇਣਾ। ਇੱਥੇ ਸਾਰੇ ਕਿਸਾਨ ਆ, ਸਾਰੇ ਆਪਦੇ ਇੱਕ ਜਾਬਤੇ 'ਚ ਰਹਿ ਕੇ ਪੀਸਫੁੱਲ ਰੋਸ ਜਿਤਾਉਣ ਗਏ ਸੀ, ਕੋਈ ਸ਼ਰਾਰਤੀ ਅੰਸਰ ਨਹੀਂ ਆ। ਇੱਕ ਬਹਾਓ ਹੁੰਦਾ ਅੰਦੋਲਨ ਦਾ, ਉਸ ਬਹਾਓ 'ਚ ਜਾ ਕੇ ਸੰਗਤ ਨੇ ਆਪ ਮੁਹਾਰੇ ਜੋ ਕੀਤਾ ਉਹ ਕੀਤਾ, ਕਿਉਂਕਿ ਸਾਡੀ ਲੀਡਰਸ਼ਿਪ ਜਿਵੇਂ ਸਰਕਾਰ ਨਹੀਂ ਸਮਝਦੀ ਉਵੇਂ ਸਾਡੀ ਲੀਡਰਸ਼ਿਪ ਵੀ ਜਿਹੜੇ ਜੈਨੂਇਨ ਸੈਂਟੀਮੈਂਟਸ ਆ ਸੰਗਤ ਦੇ ਉਹਨੂੰ ਨਹੀਂ ਸਮਝਦੀ। ਜੇ ਸਮਝਦੀ ਹੁੰਦੀ ਤਾਂ ਕੱਲ੍ਹ ਰਾਤ ਨੂੰ ਸਾਰਿਆਂ ਨਾਲ ਬੈਠ ਕੇ ਮੀਟਿੰਗ ਕਰਕੇ ਇੱਕ ਸਾਂਝਾ ਫੈਸਲਾ ਲਿਆ ਜਾਂਦਾ। ਮੇਰੀਆਂ ਕੱਲ੍ਹ ਤੱਕ ਦੀਆਂ ਪੋਸਟਾਂ ਦੇਖ ਲਓ, ਅਤੇ ਮੈਂ ਹੁਣ ਵੀ ਕਹਿ ਰਿਹਾ ਵੀ ਅਸੀਂ ਏਕੇ 'ਚ ਰਹੀਏ, ਅਸੀਂ ਅੰਦੋਲਨ ਨੂੰ ਬਰਬਾਦ ਜਾਂ ਇਹਨੂੰ ਕਹਿ ਲਓ ਵੀ ਅਸੀਂ ਇਹਨੂੰ ਕਿਸੇ ਢੰਗ ਨਾਲ ਖਰਾਬ ਨਾ ਕਰ ਲਈਏ, ਇੱਕ ਦੂਜੇ 'ਤੇ ਦੂਸ਼ਣਬਾਜ਼ੀ ਨਾ ਲਾਓ, ਅਸੀਂ ਏਕੇ 'ਚ ਰਹੀਏ, ਜਾਬਤੇ 'ਚ ਰਹੀਏ। ਕੋਈ ਨਹੀਂ, ਜੋ ਹੁਣ ਮੇਰੇ ਨਾਲ ਹੋਊ ਅਕਾਲ ਪੁਰਖ ਵਾਹਿਗੁਰੂ ਉਹ ਆਪੇ ਭਲੀ ਕਰੂਗਾ, ਮੈਂ ਨਜਿੱਠੂੰਗਾ। ਸੋ ਬਾਕੀ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ, ਏਕੇ 'ਚ ਰਹੋ, ਉਸ ਅਕਾਲ ਪੁਰਖ ਵਾਹਿਗੁਰੂ 'ਤੇ ਭਰੋਸਾ ਰੱਖੋ। ਜੋ ਉਹਨੇ ਕੀਤਾ ਠੀਕ ਕੀਤਾ, ਜੋ ਕਰੂਗਾ ਠੀਕ ਹੀ ਕਰੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।